दी वाढती ने शिदाईया ओए वाढती अज फाइनली भागा वाला दिन चढ़िया कि अज अं प्रोफेशनल कैमरे ना फोटोशूट करांगे आफ्टर सो लॉन्ग तीन चार महीने तो बाद घट्टो घट तीन चार महीने हो गए जी प्रोफेशनल कैमरे शूट नहीं किया मतलब हाँ मार्केश्वर जी वेखन मिलेंगे अज नाल गोडोक्स की लाइट होएगी पर अज मौसम बहुत ही ज्यादा गंदा तुम देख सकते आ देखो एक कहा निकला आए थलो कुछ नहीं डिगनी भरावा लिया उन्होंने दंद मारे नवे नौ नी मारे तो वो इन्फेक्शन हो देख लो बिल्लियां किन्नियां तेज हुंदियां ने मैंने प्यार ना उन्होंने है ना मतलब प्यार करने से उन्हें दंदी वढ़ती मेरे ओ चलो कोई हम डॉक्टर को जाना पड़ा टैटनस का टीका है ना जिमें अपने पंजाबी कहते चांदनी का टीका लगाना पैना यार बड़ी पीड़ होंगी निकी करके मैं करके ना करने बड़े आराम पता भी नहीं लगता तुम वेखे होना वीडियो हाथ है दंदी वो लो पंगे मैं तेन पहले ही बॉन्द किया थले यार मैंने लगा चल निके निके कुछ भी नहीं कहेंगे ये थोड़ा ना दंदी वढ़ देंगे छूट से जाइए लोकेशन से जाके मिलते हैं उस तो बाद जावांगे डॉक्टर को टीका लगाने वास्ते लोकेशन ते आ चुके हैं लोकेशन मतलब कि आप पहला ही उधर फोटो खींचते होंगे जिधर पाइपा वा तो अज इधर खिंचा जिसे बैनर लगे पिछे ऑफिस वर्क इन प्रोग्रेस वगैरह वगैरह लिखा हुआ कुछ सो अरिज भाई ने थोड़ा काम जाना सो छेती छेती फोटो खिंचाइए तो बाद चो वीडियो बनावे हजे लाइट हैगी है सो छेती छेती फोटो खिंचाइए लाइट दादा की है ये पैसे नहीं मिले आज नहीं मिले करो भी नहीं मिले कितों भी नहीं मिले बंदा पैसे नहीं देना तन्नू एदी कंपनी छोड़ दो एदी कंपनी छोड़ दो छोड़ दे 300 रुपया दिहाड़ी नहीं देना एदी मार के बैठा है मैं दिहाड़ी मार के बैठा है दोबारा खेल फिर नहीं सर इसको भी दिखाओ सर
ਇੱਧਰ ਤਾਂ ਸਾਨੂੰ ਜਿਹੜੇ ਕਲਿਕਸ ਚਾਹੀਦੇ ਸੀ ਉਹ ਸਾਨੂੰ ਮਿਲ ਗਏ ਹੋਏ ਨੇ, ਇੱਧਰ ਬਹੁਤ ਸੋਹਣੀਆਂ ਫੋਟੋਆਂ ਆਈਆਂ ਤੁਸੀਂ ਜਿਵੇਂ ਦੇਖ ਹੀ ਲਈਆਂ ਹੈ ਨਾ, ਅਤੇ ਹੁਣ ਇੱਧਰ ਖਿੱਚਾਂਗੇ ਫੋਟੋ, ਆਹ ਦੇਖੋ ਕਿੰਨੀ ਵਧੀਆ ਲੋਕੇਸ਼ਨ ਆ, ਪੁਰਾਣੇ ਟਾਈਪ ਦੀ ਜਿਵੇਂ ਬਸਤੀਆਂ ਨਹੀਂ ਹੁੰਦੀਆਂ ਨਾ, ਬਸਤੀਆਂ ਵਾਲੀ ਲੋਕੇਸ਼ਨ ਆ, ਪਰ ਸੋਹਣੀ ਹੋਊਗੀ ਲੋਕੇਸ਼ਨ, ਸੋ ਇੱਧਰ ਫੋਟੋਆਂ ਖਿੱਚਦੇ ਹਾਂ। ਚੁੱਕ ਕੇ ਨਹੀਂ ਲੈ ਕੇ ਜਾਣੀ ਵੀਰ ਉਹਨਾਂ ਦੀ ਆ, ਕਹਿੰਦਾ ਇੱਕ ਬਾੜੀ ਨੂੰ ਵੇਚ ਦਾਂਗੇ। ਲਰਮਨ ਤੇਰਾ ਟਾਈਮ ਆ ਗਿਆ, ਤੇਰਾ ਟਾਈਮ ਕੋਈ ਨੀ, ਆ ਵੀ ਟਾਈਮ ਆਏਗਾ ਤੇਰਾ, ਆ ਵੀ ਟਾਈਮ ਆਏਗਾ, ਮੈਂ ਫੜੂ ਤੇਰੇ ਵਾਲੀ ਲਾਈਟ। ਮਾਰਕੇਸ਼ਵਰ ਮਾਰਕੇਸ਼ਵਰ ਵੇਖ ਕੇ ਬੜੀ ਖੁਸ਼ੀ ਮਿਲ ਰਹੀ, ਬੜੇ ਦਿਨਾਂ ਬਾਅਦ ਹੱਥ 'ਚ ਆਇਆ ਸਾਡੇ ਮਾਰਕੇਸ਼ਵਰ। ਘੱਟੋ ਘੱਟ 3 ਮਹੀਨੇ ਹੋ ਗਏ, ਮਤਲਬ ਕਿ ਆਹ ਕੈਮਰੇ ਨਾਲ ਫੋਟੋ ਸ਼ੂਟ ਨਹੀਂ ਕੀਤਾ, ਮਤਲਬ ਵੱਡੇ ਕੈਮਰੇ ਨਾਲ ਫੋਟੋ ਸ਼ੂਟ ਨਹੀਂ ਕੀਤਾ ਸੀ ਵਧੀਆ। ਸੋ ਅੱਜ ਆਰਿਸ ਭਾਈ ਨੇ ਟਾਈਮ ਕੱਢਿਆ, ਆਪਣਾ ਬਹੁਤ ਹੀ ਕੀਮਤੀ ਟਾਈਮ ਕੱਢਿਆ ਬਹੁਤ ਹੀ ਬਿਜ਼ੀ ਸ਼ਡਿਊਲ 'ਚੋਂ, ਸੋ ਥੈਂਕ ਯੂ ਸੋ ਮੱਚ। ਕੀ ਪਤਾ ਸੁਣ ਰਿਹਾ ਹੋਵੇ ਜਾਂ ਵਲੋਗ ਵੇਖਣ, ਉਦੋਂ ਸਾਡੀ ਗੱਲਾਂ ਸੁਣ ਲੈਣ, ਮਜ਼ਾ ਆ ਗਿਆ ਯਾਰ ਮਜ਼ਾ। ਸੋ ਹਨੇਰਾ ਹੋ ਰਿਹਾ, ਛੇਤੀ ਛੇਤੀ ਤਾਂ ਮਖਾਈਏ, ਇੱਕ ਅੱਧੀ ਟਿਕਟ ਬਣਾਈਏ ਅਤੇ ਫਿਰ ਜਾਣਾ ਡਾਕਟਰ ਕੋਲ, ਕਿਉਂਕਿ ਮੈਂ ਮਾਮਾ ਜੀ ਨੂੰ ਆਪਣੇ ਫੋਨ ਕੀਤਾ ਸੀ, ਡਾਕਟਰ ਆ, ਉਹ ਕਹਿੰਦੇ ਚੱਲ ਚਾਨਣ ਟੀਕਾ ਲਵਾ ਹੀ ਲੈ, ਮਤਲਬ ਜ਼ਰੂਰੀ ਹੁੰਦਾ ਭਾਈ। ਸਹੀ ਗੱਲ ਆ, ਮਜ਼ਾਕ ਨਹੀਂ ਹੈ, ਤੁਸੀਂ ਮਜ਼ਾਕ ਨਾ ਸਮਝੋ ਇਹਨੂੰ, ਬਿੱਲੀ ਸੀ ਉਹ ਵੀ ਘਰ ਦੀ ਨਹੀਂ, ਮਤਲਬ ਕਿ ਕੋਈ ਇੱਦਾਂ ਹੀ ਅਵਾਰਾ ਸੀ, ਸੋ ਲਵਾਉਣਾ ਚਾਹੀਦਾ, ਜਾਣਾ ਪੈਣਾ ਘਰੇ ਵਿਖਾਉਣਾ ਲਵਾ ਗਿਆ। ਮੈਂ ਬਿੱਲੀ ਤੇ ਨਹੀਂ ਮਰ ਗਈ, ਜਿੰਦਾ ਸੀ ਨਾ ਬਿੱਲੀ, ਜਿੰਦਾ ਭੱਜ ਕੇ ਗਈ ਪਹਿਲਾਂ, ਹੋ ਰਹੀ ਨੀ ਤਰਨ ਦੀ ਦੰਦੀ ਬੰਦੇ ਤੋਂ ਭੱਜ ਕੇ ਗਈ। ਤੂੰ ਬੋਲ ਲੈ, ਤੂੰ ਪਤਾ ਮੇਰੀ ਵੀਡੀਓ ਬਣੇ ਨਾ ਵੇਲੀ ਤੇਰੇ ਦੋ ਕੈਮਰੇ ਗੁੱਲੇ ਅੰਕਲ ਜੀ, ਅੰਕਲ ਜੀ ਆਹ ਗੱਲ ਗਲਤ ਗਈ, ਤੂੰ ਬੰਦਾ ਬੇਟਾ ਫੋਨ ਲੈ ਤੇ ਆਹੋ, ਜੋ ਰੂਲ ਹੈ ਰੂਲ ਹੈ, ਚਲੋ ਕਰੀ ਜਾ ਹਾਂ, ਚਲੋ ਅੰਕਲ ਜੀ ਆਹ ਟਿਕਾ ਕੇ ਡਾਲ, ਮੈਂ ਕਿਹੜਾ ਬੰਦਾ ਕੁੱਤੇ ਬਿਲੀਆਂ ਲੱਗ ਗਏ ਨਾ ਸੁਣਾਈ ਦੋ ਵੀਰ ਜੀ ਤੁਸੀਂ ਆਪੇ ਗੱਲ, ਹੁਣ ਫੇਰ ਚੁੱਕ ਲਈਏ ਜਿਹੜਾ ਝੋਲੀ ਚ ਪਿਆ, ਤੁਸੀਂ ਬੰਦ ਕਰੋਗੇ, ਥੈਂਕ ਯੂ ਉਹ ਵੇਖ, ਥੈਂਕ ਯੂ। ਇੱਕ ਹੁੰਦੇ ਬਦਤਮੀਜ਼, ਇੱਕ ਹੁੰਦੇ ਜਿਹਨਾਂ ਦਾ ਗਾਣਾ ਆਇਆ ਹੈ ਨਾ ਯਾਰ ਤੇਰੇ ਬਦਤਮੀਜ਼ ਨੇ, ਇੱਕ ਹੁੰਦੇ ਮਹਾਬਦਤਮੀਜ਼, ਉਹ ਇਹ ਚਲੋ ਓਏ ਹੋਏ ਕੀ ਜੱਜ ਤੇਰਾ ਤੇ ਸਰ ਜਾਣਾ ਮਾਰ ਚੜ ਗਏ ਇਹ ਦਿੱਕਾ ਇਦਾਂ ਨਹੀਂ ਕਰੀਦਾ ਹੁੰਦਾ, ਇਦਾਂ ਹੀ ਕਰੀਦਾ ਹਾਂ, ਹਲੇ ਕਿਸ਼ਤਾਂ ਵੀ ਨਹੀਂ ਤਾਰੀਆਂ। ਸੋ ਸ਼ੂਟ ਤੋਂ ਹੋਏ ਤੇ ਡਾਕਟਰ ਤੋਂ ਵੀ ਹੋਏ, ਸ਼ੂਟ ਸਾਡਾ ਅੱਜ ਦਾ ਬਹੁਤ ਹੀ ਘੈਂਟ ਗਿਆ ਹਨਾ, ਘੈਂਟ ਗਿਆ ਮਤਲਬ 3-4 ਮਹੀਨੇ ਬਾਅਦ ਅਸੀਂ ਵੱਡੇ ਕੈਮਰੇ ਨਾਲ ਸ਼ੂਟ ਕੀਤਾ, ਵਧੀਆ ਗਿਆ, ਵੱਡਾ ਕੈਮਰਾ ਵੱਡਾ ਲੈਂਸ ਤੇ ਲਾਈਟ, ਕਿਆ ਫੋਟੋ ਆਈ ਤੇ ਪਿੱਛੇ ਵੇਖ ਹੀ ਲਈਆਂ ਹੋਣਾ, ਘੈਂਟ ਘੈਂਟ ਫੋਟੋ ਆਈਆਂ। ਸੋ ਹੁਣ ਚਾਹ ਪੀਵਾਂਗੇ ਕਿਉਂਕਿ ਠੰਡ ਹੋ ਗਈ ਹੋਈ ਆ ਅੰਮ੍ਰਿਤਸਰ 'ਚ, ਸਰਦੀਆਂ 'ਚ ਪਹਿਲੀ ਵਾਰ ਬੰਦਾ ਜਿਹੜਾ 7 ਵਜੇ ਉੱਠਿਆ ਹੋਵੇ ਉਹਨੂੰ ਠੰਡ ਜ਼ਿਆਦਾ ਲੱਗਣੀ ਆ, ਜੀ ਹਾਂ, ਮਤਲਬ ਕਿ ਇਹਨੂੰ ਲੱਗਦਾ 12 ਵਜੇ ਉੱਠਦਾ ਮੈਂ ਤੇ 12:30 ਵਜੇ ਉੱਠਦੇ ਹਨਾ, ਝੂਠ 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 ਝੂਠ, ਸਹੀ ਗੱਲ ਐਵੇਂ, ਮੈਂ 12 ਵਜੇ ਇਹੀ ਲੱਗਦਾ ਵੀਰੇ, 12 ਵਜੇ ਨਹੀਂ 11:50 ਤੇ ਉੱਠ ਜਾਂਦਾ ਮੈਡਮ, ਹਾਂ ਨਹੀਂ 11:55 ਤੇ ਉੱਠ ਜਾਂਦਾ, ਹੋਰ 11:58 ਤੇ 11:57 ਤੇ ਆ ਜਾ ਸਰ, ਮੈਂ ਸਹੀ ਗੱਲ, ਮੈਂ ਸਵੇਰੇ ਉੱਠਿਆ 7 ਵਜੇ, ਮੈਂ ਬਹੁਤ ਖੋਲਿਓ ਕਿੰਨੇ ਲੋਕੀ ਆਣ ਜਾਣ, ਇਹਨਾਂ ਨੂੰ ਕੀ ਹੋਇਆ, ਸਮਝ ਆ ਗਈ ਭਰਾ, ਇਹਨਾਂ ਨੂੰ ਕੀ ਮੈਰਿਜ ਸਟੋਰੀ ਪਾਉਣ ਲਈ ਉੱਠੇ, ਇਹਨਾਂ ਨੂੰ ਕੀ ਹੋ ਗਿਆ, ਇਹ ਵੀ ਸੋਈਆਂ ਪਾਉਂਦੇ ਆ ਬੜੀ, ਪਹਿਲਾਂ ਮੈਂ ਵੀਡੀਓ ਪਾਈ ਸੀ ਵੀਰ ਨੇ ਮੈਨੂੰ ਥੱਲੇ ਕਿਹਾ ਕਦਾ ਤੂੰ ਮੈਦਾਨ ਚ ਆਈ, ਮੈਂ ਬੜਾ ਖੇਡਿਆ ਯਾਰ ਮੈਂ ਵੀ, ਤੂੰ
जे व्लॉग वधिया लगा होए तां लाइक जरूर करियो ते शेयर करियो अपने यारा दोस्तां नूं। सो मिलदे आं अगले व्लॉग च, बाय बाय, टेक केयर। ते हुण चाह पीने, ਪਿਆ ਦੋ ਚਾਹ ਘਰ ਆਏ ਤੁਹਾਡੇ ਬਣਨ ਦੇ ਟਾਈਮ ਲੱਗਦਾ ਏ, ਟਾਈਮ ਕੀ ਟੀ ਸਟਾਲ ਦੇ ਬੈਠੇ ਬਾਏ ਮੋਮਬਤੀਆਂ ਮੋਮਬਤੀਆਂ ਧਰੀਆ।